ਅਸੀਂ ਆ ਗਏ ਆਪਣੇ ਪੁਰਾਣੇ ਘਰ ਮਹਿਕ ਨੂੰ ਦਿਖਾਉਣ ਲਈ ਤੇ ਬਹੁਤ ਜ਼ਿਆਦਾ ਤੁਹਾਡੇ ਨਾਲ ਕਮੈਂਟ ਆਉਂਦੇ ਸੀ ਵੀ ਤੁਹਾਡਾ ਪੁਰਾਣਾ ਘਰ ਕਿੱਦਾਂ ਦਾ ਵਾ ਕਿੱਥੇ ਸੀਗਾ ਸਾਡਾ ਪੁਰਾਣਾ ਘਰ ਪਿੰਡ ਦੇ ਵਿਚਾਲੇ ਸੀਗਾ ਤੇ ਆਹ ਸਾਡੀ ਦੇਖੋ ਜੀ ਗਲੀ ਆਂਢ ਗੁਆਂਢ ਫਿਲਹਾਲ ਇਹ ਸੁੰਨਾ ਪਿਆ ਮੋਸਟਲੀ ਕਿਉਂਕਿ ਜਾਂ ਤਾਂ ਬਾਹਰ ਚਲੇ ਗਏ ਜਾਂ ਉਰੇ ਪਰੇ ਹੋ ਗਏ ਤੇ ਆਪਾਂ ਚੱਲਦੇ ਹਾਂ ਆਹ ਸਾਡੇ ਘਰ ਦਾ ਬਹੁਤ ਪੁਰਾਣਾ ਦਰਵਾਜ਼ਾ ਇਹਦੇ ਤੇ ਦੇਖੋ ਨੰਬਰ ਲਿਖੇ ਹੋਏ ਨੇ ਪਹਿਲਾਂ ਘਰ ਦਾ ਇੱਕ ਟਾਈਮ ਤੇ 42 ਨੰਬਰ ਸੀਗਾ 145 206 ਜਿਉਂ ਜਿਉਂ ਘਰਾਂ ਦੀ ਗਿਣਤੀ ਵਧ ਗਈ ਪਿੰਡ 'ਚ ਅਤੇ ਆਪਾਂ ਚੱਲਦੇ ਹਾਂ ਹੁਣ ਅੰਦਰ ਜਿਵੇਂ ਉਹ ਆਉਂਦਾ ਕਿਉਂਕਿ ਸਾਸ ਵੀ ਕਵੀ ਬਹੁਤ ਹੀ ਮੰਮੀ ਤੁਸੀਂ ਸਤਿ ਸ਼੍ਰੀ ਅਕਾਲ ਬੁਲਾ ਕੇ ਜਾਓਗੇ ਅਤੇ ਘਰ ਦੀਆਂ ਬਹੁਤ ਮੋਡੀਫਿਕੇਸ਼ਨ ਹੋਈਆਂ ਨੇ ਦੱਸੋ ਮੰਮੀ ਕੀ ਮੋਡੀਫਿਕੇਸ਼ਨ ਹੋਈਆਂ ਨੇ ਇਹ ਸਾਡਾ ਸਭ ਤੋਂ ਪਹਿਲਾਂ ਵਾਸ਼ਰੂਮ ਹੁੰਦਾ ਸੀ ਜਦੋਂ ਮੇਰਾ ਵਿਆਹ ਹੋਇਆ ਦੇਖੋ ਗੁਸਲਖਾਨਾ ਕਿੰਨਾ ਵੱਡਾ ਸੀਗਾ ਸਾਡਾ ਤੇ ਫਿਰ ਬਾਅਦ ਵਿੱਚ ਇਹਨੂੰ ਅਸੀਂ ਇੱਥੋਂ ਵਿੱਚੋਂ ਦਰਵਾਜ਼ਾ ਕੱਢ ਕੇ ਆਹ ਇੱਕ ਦਰਵਾਜ਼ਾ ਤੁਹਾਨੂੰ ਦੇਖ ਸਕਦੇ ਆ ਇੱਥੇ ਦਰਵਾਜ਼ਾ ਲਾਈਟ ਜਗਦੀ ਆ ਜਗਦੀ ਆ ਆ ਦਰਵਾਜ਼ਾ ਤੇ ਇੱਥੋਂ ਅਸੀਂ ਫਿਰ ਇਹਨੂੰ ਇਹਨੂੰ ਕਿਚਨ ਦੇ ਨਾਲ ਹੀ ਮਿਕਸ ਕਰ ਲਿਆ ਸੀ ਰਸੋਈ ਦਾ ਪਾਰਟ ਬਣਾ ਲਿਆ ਸੀਗਾ ਆ ਦੇਖੋ ਸਾਡੀ ਛੱਤ ਦੇਖੋ ਮੈਂ ਛੱਤ ਨੂੰ ਹੱਥ ਲਾਇਆ ਆ ਨਿੱਕੀ ਜੀ ਸਾਡੀ ਛੱਤ ਆ ਇਹਦੇ ਉੱਤੇ ਸਾਡਾ ਇੱਕ ਰੂਮ ਆ ਇਹਦੇ ਉੱਤੇ ਇੱਕ ਰੂਮ ਆ ਉਹ ਵੀ ਦਿਖਾਉਣੇ ਆ ਸਾਡੀ ਕਿਚਨ ਸੀਗੀ ਆ ਜਿਹੜੇ ਕਾਊਂਟਰ ਨੇ ਪਹਿਲਾਂ ਹੀ ਸੀਗੇ ਨਹੀਂ ਇਹ ਵੀ ਬਾਅਦ ਵਿੱਚ ਬਣਵਾਏ ਪਹਿਲਾਂ ਇਹ ਸਿੰਪਲ ਲਵਾਏ ਫਿਰ ਇਹਦੇ ਟਾਈਲਾਂ ਲਵਾਈਆਂ ਤੇ ਦੇਖੋ ਐਡੀ ਕੁ ਕਿਚਨ ਹੁੰਦੀ ਸੀ ਸਾਡੀ ਨਿੱਕੀ ਜਹੀ ਆ ਵਿੱਚ ਉਹਦੇ ਅਲਮਾਰੀ ਆ ਬਾਅਦ ਚੋਂ ਬਣਾਈਆਂ ਸੀ ਕੰਸਾ ਚਮਚੇ ਟੰਗਣੇ ਵਾਲੀ ਕੁਝ ਬਾਅਦ ਚ ਬਣਵਾਇਆ ਇਹ ਬਾਅਦ ਚ ਬਣਵਾਇਆ ਸੀ ਇਹਦਾ ਡੈਡੀ ਛੁੱਟੀ ਹੈ ਫੌਜ ਚੋਂ ਮਤਲਬ ਕਿ ਰਿਟਾਇਰ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਘਰ ਨੂੰ ਮੋਡੀਫਾਈ ਕੀਤਾ ਸੀਗਾ ਤੇ ਬਾਹਰ ਨਿਕਲਦੀ ਸਰ ਇੱਧਰ ਹੈਗੀ ਸਾਡੀ ਬੈਠਕ ਜਿਹੜੀ ਪਹਿਲਾਂ ਹਰੇ ਘਰ ਚ ਹੁੰਦੀ ਸੀ ਦੇਖੋ ਪੁਰਾਣੇ 올ਡ ਸਕੂਲ ਰੋਸ਼ਨਦਾਨ ਇਹ ਘਰ ਹੈਗਾ ਮੰਮੀ ਜਦੋਂ 62 ਚ ਬਣਿਆ ਸੀ ਕਿਹੜੇ 62 ਚ ਜਦੋਂ ਪਾਪਾ ਦਾ ਬਰਥ ਹੋਇਆ ਉਦੋਂ ਬਣਾਉਣ ਲੱਗੇ ਹੋਏ ਸੀ ਡੈਡੀ ਉਦੋਂ ਬਣ ਰਿਹਾ ਸੀ ਆ ਵਿੰਡੋਆਂ ਸਾਰੀਆਂ ਉਦੋਂ ਦੀਆਂ ਹੀ ਨੇ ਆ ਦੇਖੋ ਉਹ ਕੋਠੜੀ ਪੁਰਾਣੇ ਜ਼ਮਾਨੇ ਦੀ ਜਿਵੇਂ ਹੁੰਦੀ ਸੀ ਇੱਕ ਉੱਪਰ ਕੋਠੜੀ ਆ ਸਮਾਨ ਰੱਖਣ ਨੂੰ ਆ ਸਾਰੇ ਰੋਸ਼ਨਦਾਨ ਪੁਰਾਣੇ ਪੁਰਾਣੀ ਪਏ ਨੇ ਮਤਲਬ ਕਿ ਆ ਪੁਰਾਣੀਆਂ ਅਲਮਾਰੀਆਂ ਤੁਹਾਨੂੰ ਮੈਂ ਇੱਕ ਜਿਹੜੀ ਖਾਸ ਚੀਜ਼ ਦਿਖਾਉਣਾ ਹੈ ਘਰ ਦੀ ਖਾਸ ਗੱਲ ਆ ਉਹ ਹੈਗੀ ਆ ਸਾਡੇ ਘਰ ਦੇ ਦਰਵਾਜ਼ੇ ਬਹੁਤ ਵਧੀਆ ਲੱਕੜ ਲੱਗੀ ਇਹ ਦੇਖ ਲਓ ਇੰਨੇ ਸਾਲ ਪੁਰਾਣੇ ਨੇ ਇਹ ਮੈਨੂੰ ਲੱਗਦਾ ਦਾਦੂ ਦੱਸਦੇ ਸੀਗੇ ਵੀ ਜਦ ਪਾਕਿਸਤਾਨ ਨੂੰ ਜਾ ਰਹੇ ਸੀ ਇੱਥੋਂ ਹਨਾ ਜੀ ਜਦੋਂ ਹੋਇਆ 47 ਦੇ ਵਿੱਚ ਉਦੋਂ ਲਏ ਸੀ ਉਹਨਾਂ ਉਦੋਂ ਉਹ ਰਸਮਾਨ ਵੇਚ ਕੇ ਜਾ ਰਹੇ ਸੀ ਤੇ ਉਦੋਂ ਵੇਚ ਕੇ ਗਏ ਸੀਗੇ ਤੇ ਇਹ ਇੰਨੇ ਲੋਹੇ ਦੇ ਨੇ ਮਤਲਬ ਇੱਕ ਤਰ੍ਹਾਂ ਨਾਲ ਕਦੇ ਇਹਨਾਂ ਨੂੰ ਲੱਗਿਆ ਨਹੀਂ ਕਦੇ ਕੁਝ ਨਹੀਂ ਹੋਇਆ ਕਿ ਉਹਨਾਂ ਦੀ ਸੰਭਾਲ ਵੀ ਅਸੀਂ ਬਹੁਤ ਜ਼ਿਆਦਾ ਰੱਖਦੇ ਸੀ ਹਰ ਮਹੀਨੇ ਮਿੱਟੀ ਦਾ ਤੇਲ ਫੇਰਦੇ ਸੀ ਇਹਨਾਂ ਦੇ ਉੱਤੇ ਐਦਾਂ ਹੀ ਚਮਕਦੇ ਰਹਿੰਦੇ ਸੀ ਇਹਦੀ ਤੁਹਾਨੂੰ ਲਾਈਟਿੰਗ ਥੋੜੀ ਜੀ ਘਰ ਦੀ ਉਹ ਲੱਗੂਗੀ ਕਿਉਂਕਿ ਹਲੇ ਲਾਈਟਾਂ ਨੂੰ ਟਾਈਮ ਕਿਉਂਕਿ ਹੁਣ ਖਾਲੀ ਆ ਤੇ ਥੋੜਾ ਬਹੁਤਾ ਗੰਦ ਵੀ ਪਿਆ ਹੋਗਾ ਤੇ ਕੁਝ ਮੋਡੀਫਿਕੇਸ਼ਨਸ ਜੀ ਬਾਅਦ ਚ ਕੀਤੀਆਂ ਸੀ ਜਿਵੇਂ ਆ ਜਿਹੜੀਆਂ ਸੈਲਫਾਂ ਬਣਾਈਆਂ ਸੀਗੀਆਂ ਛੋਟੀਆਂ ਛੋਟੀਆਂ ਸਮਾਨ ਰੱਖਣ ਨੂੰ ਪਹਿਲੇ ਹੁੰਦਾ ਸੀਗਾ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਲਈ ਹੁੰਦਾ ਸੀ ਫਿਰ ਇਹ ਤੇਰੇ ਚਾਚੇ ਦੇ ਚਾਚੀ ਦਾ ਬੈੱਡਰੂਮ ਸੀਗਾ ਇਧਰ ਵੀ ਪਹਿਲਾਂ ਦਰਵਾਜ਼ਾ ਵੀ ਹੁੰਦਾ ਸੀਗਾ ਜਦੋਂ ਮੇਰਾ ਵਿਆਹ ਹੋਇਆ ਉਹ ਦਰਵਾਜ਼ਾ ਹੁੰਦਾ ਸੀ ਫਿਰ ਡੈਡੀ ਨੇ ਆ ਕੇ ਇਹ ਬੰਦ ਕਰਵਾਤਾ ਸੀ ਚਲੋ ਚੱਲੀਏ ਬਾਹਰ ਨੂੰ ਦੇਖੀਏ ਤੇ ਅੱਜ ਸਾਨੂੰ ਦਿਖਾਉਣੇ ਆ ਬੜੀ ਇੰਟਰਸਟਿੰਗ ਚੀਜ਼ ਇਹ ਨਾ ਚਵਾਰਾ ਵਾ ਤੇ ਚਵਾਰਾ ਵੀ ਹੈਗਾ ਪੌਣਾ ਕਿ ਚਵਾਰਾ ਇਹ ਪਰ ਇਹ ਮੇਰੇ ਲਈ ਬਹੁਤ ਵਧੀਆ ਸੀ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਇਹੀ ਬੈੱਡਰੂਮ ਮਿਲਿਆ ਸੀ ਇਹ ਉਰੇ ਮੰਮੀ ਹੁਣੀ ਆਈ ਸੀ ਵਿਆਹ ਤੋਂ ਬਾਅਦ ਤੇ ਸਾਨੂੰ ਇਹ ਮਿਲਿਆ ਸੀ ਜਦ ਮੈਂ 6th ਦੇ ਵਿੱਚ ਸੀ ਤੇ ਮਨੀ 8th ਦੇ ਵਿੱਚ ਸੀਗਾ ਤਾਂ ਸਾਨੂੰ ਉਰੇ ਅਸੀਂ ਫਿਰ ਆਹ ਮਿਲ ਗਿਆ ਸੀ ਸਾਨੂੰ ਤੇ ਉਦੋਂ ਬੱਚਿਆਂ ਲਈ ਬੜਾ ਇਹੋ ਸੀ ਫੈਂਟਸੀ ਵਰਡ ਸੀ ਸਾਡੇ ਲਈ ਵੀ ਇੱਕ ਜਿਹਦੀ ਛੱਤ ਵੀ ਇੰਨੀ ਉੱਚੀ ਨਹੀਂ ਸੀ ਪਹਿਲਾਂ ਤਾਂ ਇਹਦੀ ਛੱਤ ਸੀਗੀ ਬਾਲਿਆਂ ਵਾਲੀ ਹੁਣ ਉਹ ਗਿਰ ਗਈ ਪੁਰਾਣਾ ਹੋ ਗਿਆ ਸੀ ਟੀਨ ਸ਼ੀਟਾਂ ਪਾਈਆਂ ਹੋਈਆਂ ਨੇ ਉਹਨਾਂ ਦੇ ਉੱਤੇ ਤੇ ਗਰਮੀ ਬਹੁਤ ਲੱਗਦੀਆਂ ਹੁਣ ਇੱਥੇ ਕਿਉਂਕਿ ਬਾਹਰਲਾ ਘਰ ਠੰਡਾ ਇੱਥੇ ਹੁਣ ਬਹੁਤ ਦੇਰ ਬਾਅਦ ਆਏ ਹਾਂ ਤੇ ਇਹ ਵੀ ਦੇਖੋ ਸਾਰਾ ਉਮੀ ਰੋਸ਼ਨਦਾਨ ਨੇ ਪੁਰਾਣੇ ਪੁਰਾਣੇ ਰੋਸ਼ਨਦਾਨ ਨੇ ਸਾਰਾ ਕੁਛ ਪੁਰਾਣਾ ਪਾਈਪਿੰਗ ਦੇਖੋ ਜਿਹੜੀ ਸਵਿੱਚ ਦੀ ਫਿਟਿੰਗ ਹੋਈ ਹੋਈ ਆ ਵੀ ਪੁਰਾਣੀ ਬਾਹਰ ਦੀ ਪਾਈਪਿੰਗ ਵਾਲੀ ਹੋਈ ਹੋਈ ਆ ਪਹਿਲਾਂ ਤਾਂ ਸਵਿੱਚ ਬੋਰਡ ਵੀ ਪੁਰਾਣੇ ਸੀ ਮੋਟੀ ਸੋਚਣੀ ਹੁੰਦੀ ਜਿਹੜੀ ਹਾਂ ਇਹ ਡੈਡੀ ਨੇ ਲਵਾਉਂਦੇ ਨੇ ਸਾਰੀਆਂ ਹਾਂ ਉਹ ਹੁੰਦੀ ਸੀ ਮੋਟੀ ਸੋਚ ਹੁੰਦੀ ਸੀ ਜਿਹੜੀ ਫਿਰ ਉਹ ਪੱਟ ਕੇ ਬਾਅਦ ਉਹ ਚੇਂਜ ਕਰਵਾਈਆਂ ਸੌਰੀ ਫੋਰ ਲਾਈਟਿੰਗ ਕਿਉਂਕਿ ਘਰ ਅੰਦਰ ਆ ਕੰਧਾਂ ਉੱਚੀਆਂ ਉੱਚੀਆਂ ਨੇ ਤੇ ਦਿਖਦਾ ਵੀ ਨਹੀਂ ਤੇ ਜਿਹੜੀਆਂ ਉੱਪਰ ਦਿਖ ਰਿਹਾ ਤੁਹਾਨੂੰ ਵਿਹੜੇ ਦੇ ਵਿੱਚ ਟੀਨ ਸ਼ੀਟਾਂ ਇਹ ਵੀ ਮੇਰੇ ਕੈਨੇਡਾ ਜਾਣ ਤੋਂ ਬਾਅਦ ਹੀ ਪਵਾਈਆਂ ਸੀਗੀਆਂ ਅਸੀਂ ਸਾਡਾ ਚੁੱਲ੍ਹੇ ਚੌਂਕੇ ਦੇ ਏਰੀਆ ਸਾਰਾ ਕੰਮ ਅਸੀਂ ਚੁੱਲ੍ਹੇ ਤੇ ਕਰਦੇ ਸੀ ਜ਼ਿਆਦਾਤਰ ਕੱਲੀ ਦੁਪਹਿਰ ਦੀ ਰੋਟੀ ਅਸੀਂ ਸੋਈ ਚ ਬਣਾਉਂਦੇ ਸੀ ਦੋ ਹੁੰਦੇ ਸੀ ਉਧਰ ਵੀ ਹੁੰਦਾ ਸੀ ਨਾ ਉਧਰਲੀ ਸਾਈਡ ਤੇ ਵੀ ਹੁੰਦਾ ਸੀ ਇੱਧਰ ਵੀ ਜਦੋਂ ਟੀਨਾ ਪਾਲੀਆਂ ਉਦੋਂ ਚੱਕਤਾ ਆ ਨਿਕਾਸੀ ਵੀ ਅਸ ਤਾਂ ਤੂੰ ਇਹਦੀ ਨਿਕਾਸੀ ਵੀ ਕਰਦੇ ਸੀ ਪਾਣੀ ਦੀ ਤਾਂ ਅਸੀਂ ਕਰਨੀ ਹੀ ਕਰਨੀ ਆ ਅਸ ਤਾਂ ਧੂਆਂ ਵੀ ਉੱਪਰ ਕੱਢਿਆ ਹੋਇਆ ਸੀ ਸਾਰਾ ਆ ਓਟਾ ਇਹ ਬਾਅਦ ਚੋਂ ਬਣਿਆ ਉਹ ਵੀ ਪਹਿਲਾਂ ਤੁਹਾਨੂੰ ਦੱਸਾਂਗੇ ਵੀ ਹੋਰ ਤਰ੍ਹਾਂ ਦਾ ਹੁੰਦਾ ਸੀ ਘਰ ਸਾਰਾ ਇਹ ਓਟਾ ਵੀ 2000 ਦਾ ਹੀ ਬਣਿਆ ਹੋਇਆ ਜਦੋਂ ਡੈਡੀ ਆਏ ਨੇ ਸਾਰਾ ਇੱਧਰਲਾ ਉਦੋਂ ਠੀਕ ਕੀਤਾ ਉਹ ਜਿਵੇਂ ਹਰੇ ਘਰ 'ਚ ਇੱਕ ਬੈਠਕ ਹੁੰਦੀ ਸੀਗੀ ਉਵੇਂ ਇੱਕ ਹਰੇ ਘਰ 'ਚ ਪੁਰਾਣਿਆਂ 'ਚ ਬੜਾ ਕਮਰਾ ਵੀ ਹੁੰਦਾ ਸੀਗਾ ਇਹ ਬੜੇ ਕਮਰੇ 'ਚ ਹੁਣ ਰਹਿੰਦੇ ਨੇ ਮਤਲਬ ਕਿ ਜਾਣਾ ਮੀ ਅੰਦਰ ਮੈਂ ਕਿਹਾ ਅਗਲੇ ਦੀ ਪ੍ਰਾਈਵੇਸੀ
ਬੜਾ ਕਮਰਾ ਸੀਗਾ ਦੇਖੋ ਸਾਡੇ ਡੈਡੀ ਕਿੱਡਾ ਬੜਾ ਕਮਰਾ ਹੈ ਦੋਨੋਂ ਮੇਰੀਆਂ ਨਣਦਾਂ ਮੈਂ ਕਿਉਂਕਿ ਉਹਨਾਂ ਨੇ ਵੀਰਾ ਬਾਹਰ ਹੁੰਦਾ ਸੀ ਮੈਂਟਰੀ ਚ ਮੈਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਲ ਹੀ ਸੌਂਦੀ ਸੀ ਜਿਹੜੀ ਆਹ ਵਾਲੀ ਟਾਂਡ ਆ ਇਹ ਇੱਥੇ ਤੱਕ ਹੁੰਦੀ ਸੀ ਇਹਦੇ ਨੀਚੇ ਮੇਰੀ ਪੇਟੀ ਹੁੰਦੀ ਸੀ ਜਦੋਂ ਵੀ ਮੈਂ ਕੋਈ ਚੀਜ਼ ਕੱਢਣੀ ਮੇਰਾ ਸਿਰ ਇਹਦੇ ਵਿੱਚ ਵੱਜਦਾ ਸੀ ਖੜੇ ਬਰਾਬਰ ਦੇਖੋ ਥੋੜਾ ਵਰਨਾ ਨਹੀਂ ਲੱਗਦਾ ਮੈਂ ਨਹੀਂ ਇਹਦੇ ਚ ਭਰਤ ਪੈ ਗਿਆ ਨਾ ਹਾਂ ਇਹ ਚ ਭਰਤ ਪੈ ਇੰਨਾ ਜ਼ਿਆਦਾ ਭਰਤ ਪਾ ਲਿਆ ਅੱਛਾ ਜੀ ਕਿਉਂਕਿ ਉਦੋਂ ਮੈਂ ਇੰਨੀ ਸੀਗੀ ਉਦੋਂ ਹਾਈਟ ਦੇ ਸਾਹਮਣੇ ਭਰਤ ਪੈ ਗਿਆ ਇੰਨੀ ਹਾਈਟ ਸੀਗੀ ਠੀਕ ਹੈ ਪਰ ਜਦੋਂ ਵੀ ਫਿਰ ਪੋਟੀ ਹੋ ਗਈ ਉੱਤੇ ਸਿਰ ਵੱਜਦਾ ਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਡਾ ਸਪੈਸ਼ਲ ਰੂਮ ਸੀਗਾ ਇੱਥੇ ਦਾਦੂ ਪੈਂਦੇ ਹੁੰਦੇ ਸੀ ਦਾਦੂ ਦਾ ਹੁੰਦਾ ਸੀ ਮੰਜਾ ਉੱਥੇ ਉਹ ਕੰਸਾਂ ਦੇ ਉੱਤੇ ਸਮਾਨ ਹੁੰਦਾ ਸੀ ਸਾਰੇ ਕਾਗਜ਼ ਪੱਤਰ ਉਹਨਾਂ ਦੇ ਅਲਮਾਰੀਆਂ ਸਾਰੇ ਉਹਨਾਂ ਦਾ ਹੀ ਹੁੰਦਾ ਸੀ ਇੱਥੋਂ ਹਿੱਲਣ ਨਹੀਂ ਸੀ ਦਿੰਦੇ ਕੰਸ ਤੋਂ ਕੋਈ ਚੀਜ਼ ਨਹੀਂ ਸੀ ਹਿੱਲਣ ਦਿੰਦੇ ਇੱਕ ਟਿਕਟ ਵੀ ਇੱਧਰੋਂ ਵੀ ਦੇਖ ਲਾ ਫਿਰ ਕੀ ਬਣੂਗਾ ਫਿਰ ਗਾਲਾਂ ਪੈਂਦੀਆਂ ਹੁੰਦੀਆਂ ਸੀ ਬਹੁਤ ਜ਼ਿਆਦਾ ਪੈਂਦੀਆਂ ਸੀ ਔਰ ਡੈਡੀ ਦੀ ਸਪੈਸ਼ਲ ਅਲਮਾਰੀ ਸੀ ਜਿਹਦੇ ਚ ਕਾਗਜ਼ ਪੱਤਰ ਹੁੰਦੇ ਸੀ ਸਾਰੇ ਸਕੂਲ ਦੇ ਕਿਉਂਕਿ ਹੈੱਡਮਾਸਟਰ ਸੀ ਲੈਕਚਰਰ ਸੀ ਸਾਡੇ ਇੱਥੇ ਬੈੱਡ ਹੁੰਦੇ ਸੀ ਇੱਥੇ ਸਾਡਾ ਪੱਖਾ ਲੱਗਿਆ ਹੁੰਦਾ ਸੀ ਆ ਪੱਖਾ ਲੈ ਸਾਰਾ ਪੁਰਾਣਾ ਹੀ ਹੈ ਮਤਲਬ ਕਿ ਇੱਟ ਬੱਲਾ ਹੀ ਸਾਰੇ ਘਰ ਚ ਪਰ ਇਹਦੀ ਮੇਨਟੇਨੈਂਸ ਬਹੁਤ ਰੱਖੀ ਸੀਗੀ ਤੇ ਜਿਹੜੀਆਂ ਟਾਈਲਾਂ ਨੇ ਪਹਿਲਾਂ ਤਾਂ ਉਹਦੇ ਦੂਆ ਫਲੋਰ ਹੁੰਦਾ ਸੀ ਫਿਰ ਇੱਕ ਹੋਰ ਫਲੋਰ ਲਾਇਆ ਉਹ ਵੀ ਖਰਾਬ ਹੋ ਗਿਆ ਫਿਰ ਉਰੇ ਅਸੀਂ ਟਾਈਲਾਂ ਲਾਈਆਂ ਤੇ ਸਲਾਬ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਉਰੇ ਪਹਿਲਾਂ ਹੁੰਦਾ ਸੀ ਟੋਬਾ ਤੇ ਜਦ ਸਾਡਾ ਉਰੇ ਘਰ ਲਿੱਤਾ ਤਾਂ ਪਿੰਡ ਵਾਲਿਆਂ ਦਾ ਟੋਬਾ ਵਿੱਚ ਸਾਡੇ ਦਾਦੇ ਪੜਦਾਦਿਆਂ ਨੂੰ ਆਲੇ ਦਰਦੇ ਘਰਾਂ ਨੇ ਟੋਬਾ ਦਿੱਤਾ ਉਹਦੀ ਸੇਮ ਦੇਖ ਲਓ ਹਾਲੇ ਤੱਕ ਆ ਟੋਬੇ ਦੀ ਉਹ ਹੁਣ ਵੀ ਸੇਮ ਆ ਜਾਂਦੀ ਹੈ ਤੇ ਇਹਨੂੰ ਖਰਾਬ ਕਰ ਦਿੰਦੀ ਹੈ ਆ ਦੇਖੋ ਜੀ ਸਾਡੇ ਪੁਰਾਣੇ ਗਵਾਂਢੀ ਸੇਵਾ ਕਰ ਰਹੇ ਨੇ ਇਹ ਦੱਸੋ ਜਿਹੜੇ ਦੋ ਜਣੇ ਖੇਡਣ ਨੇ ਇਹਨਾਂ ਦਾ ਰਿਸ਼ਤਾ ਕੀ ਆ ਇਹ ਭੈਣਾਂ ਨੇ ਕਿ ਮਾਵਾਂ ਧੀਆਂ ਨੇ ਦੱਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਕਿਉਂਨੇ ਭੈਣਾ ਭੈਣਾ ਨੇ ਕਿਦੋਂ ਨੇ ਮਾਵਾਂ ਧੀਆਂ ਨੇ ਜਦੋਂ ਆਪਾਂ ਇੱਥੇ ਰਹਿੰਦੇ ਸੀਗੇ ਉਦੋਂ ਇੱਥੇ ਰਹਿੰਦੇ ਸੀ ਨਾਲ ਰਹਿੰਦੇ ਹੁੰਦੇ ਸੀਗੇ ਪਰ ਜਦ ਮੈਂ ਬਾਹਰ ਗਿਆ ਤਾਂ ਬੱਚੇ ਛੋਟੇ ਛੋਟੇ ਸੀ ਬਹੁਤ ਛੋਟੇ ਸੀ ਜਸੂ ਤਾਂ ਬਹੁਤ ਹੀ ਛੋਟਾ ਸੀਗਾ ਪਰ ਮਰਾਹ ਦੇ ਨਾਲ ਲਈ ਮਰਾਹ ਇੱਕ ਦਾ ਤਾਂ ਮਗਰੋਂ ਹੀ ਹੋਈ ਹੈ ਇਹ ਨਾਲ ਦੀ ਮਹੀਨੇ ਦੀ ਅੱਗੇ ਪਿੱਛੇ ਲੈ ਜੀ ਇਹ ਮਰਾਹ ਜਾਣਦੀ ਜਸੂ ਰਾਜ ਦੀ ਬਾੜਦਾ ਉਹ ਰਾਜ ਦੀ ਬਾੜਦਾ ਕੀ ਕਰਦੀ ਹੁਣੇ ਪੜ੍ਹਦੀ ਆ ਪੜ੍ਹਦੀ ਹੁਣ ਤਾਂ ਛੁੱਟੀਆਂ ਚੱਲਦੀਆਂ ਨੇ ਨਾ ਵਧੀਆ 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 ਕਿਹੜੀ ਕਲਾਸ ਚ ਨਾਈਟ ਅੱਛਾ ਉਹਦੇ ਨਾਲ ਹੀ ਆਉਂਦਾ ਹੈ ਠੀਕ ਹੈ ਠੀਕ ਹੈ ਚੱਲਦੀ ਇਹ ਵੱਡੀ ਆ ਸਭ ਤੋਂ ਨਾ ਹਾਂਜੀ ਵੱਡੀ ਹੈ ਠੀਕ ਹੈ ਠੀਕ ਹੈ ਜਸੂ ਦੂਜੇ ਨੰਬਰ ਤੇ ਉਹਦਾ ਬਾੜਾ ਖਰਾਬ ਇੱਕ ਵਾਰੀ ਨਾ ਇਹਨੂੰ ਇੱਥੇ ਕਿਸੇ ਨੇ ਕੁਝ ਕਹਿਤਾ ਛੋਟੇ ਛੋਟੇ ਸੀਗੇ ਅੱਛਾ ਜੀ ਜਸੂ ਦਾ ਚਲੇਗਾ ਦੋ ਦਿਨ ਮੁੰਡੇ ਲੈ ਕੇ ਕਹਿੰਦਾ ਮੇਰੀ ਭੈਣ ਨੂੰ ਕੁਝ ਕਹਿ ਠੀਕ ਹੈ ਠੀਕ ਹੈ ਠੀਕ ਮੈਨੂੰ ਕਹਿੰਦਾ ਤੇਰੇ ਮੂੰਹ ਤੇ ਸਾਡੀ ਕੁੜੀ ਨੂੰ ਕੁਝ ਕਹਿ ਬੱਲੇ ਵੀ ਬੱਲੇ ਗੈਂਗ ਮੈਂ ਬਸ ਮੁੜ ਕੇ ਲਈ ਆਈ ਇਹ ਤਾਂ ਗਈ ਸੀ ਕੰਮ ਤੇ ਅੱਛਾ ਜੀ ਨਾਲ ਬੰਦੇ ਲੈ ਗਏ ਹੈ ਨਾਲ ਆਪਣੇ ਆੜੀ ਹੈ ਦੱਸੋ ਕੀ ਕਰਾਂਗੇ ਬੰਦਾ ਜਿੰਨਾ ਕਰਦਾ ਇਹਦਾ ਗਾਲ ਕਿਵੇਂ ਕੱਢਤੀ ਮੇਰੇ ਭੈਣ ਕਹਿੰਦਾ ਮੇਰੇ ਭੈਣ ਗਾਲ ਕਿਵੇਂ ਕੱਢੀ ਆ ਬੱਲੇ ਵੀ ਅਣਕੀ ਆ ਪੂਰਾ ਫਿਰ ਬਸ ਮੈਂ ਬਥੇਰਾ ਖਾ ਅੱਖਾਂ ਹੀ ਐ ਕਰਕੇ ਮੈਨੂੰ ਵੀ ਕਰਿਆ ਲੈ ਆਂਟੀ ਉਹਨੇ ਮੇਰੀ ਭੈਣ ਨੂੰ ਗਾਲ ਕੱਢੀ ਆ ਰਾਜਦੀਪ ਓਟਾ ਨਾ ਸੜ ਨਹੀਂ ਪੁੱਤ ਆ ਹੈਗਾ ਜੀ ਸਾਡਾ ਕਮਰਾ ਮੈਂ ਤੇ ਮਨੀਆਂ ਤੇ ਪੈਂਦੇ ਹੁੰਦੇ ਸੀਗੇ ਹੁਣ ਇਹ ਕਮਰਾ ਖੋਲਿਆ ਇਹ ਚੋਂ ਇੰਨੀ ਸਮੈਲ ਆਈ ਆ ਦੇਖੋ ਸਾਹਮਣੇ ਕਲੀ ਸਾਰੀ ਸਲਾਬ ਨਾਲ ਲਹੀ ਪਈ ਆ ਤੇ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਕਿਉਂਕਿ ਇੰਨਾ ਜ਼ਿਆਦਾ ਸੁਭਾਅ ਕੇ ਰੱਖਿਆ ਹੋਇਆ ਸੀ ਇੰਨੀ ਕਿ ਮਿੱਟੀ ਵੀ ਮੈਂ ਅੰਦਰ ਨਹੀਂ ਸੀ ਆਉਣ ਦਿੰਦੀ ਆ ਰੂਮ ਦੇ ਕਿਉਂਕਿ ਇੱਥੇ ਰਵੀ ਤੇ ਮਨੀ ਦਾ ਬੈੱਡ ਹੁੰਦਾ ਸੀ ਆਹ ਸਾਈਡ ਤੇ ਸੋਫਾ ਲੱਗਿਆ ਹੁੰਦਾ ਸੀ ਮੰਮੀ ਉਹਰੇ ਬੜੀ ਸਫਾਈ ਕਰਦੇ ਹੁੰਦੇ ਸੀ ਟਾਈਮ ਟਾਈਮ ਦੀ ਗੱਲ ਆ ਇਹ ਕਮਰਾ ਜਿਹੜਾ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਸਾਡਾ ਪਹਿਲਾਂ ਹੁੰਦਾ ਸੀ ਡੰਗਰਾਂ ਵਾਲਾ ਕਮਰਾ ਸਾਡਾ ਘਰ ਪਹਿਲਾਂ ਬੜਾ ਛੋਟਾ ਸੀਗਾ ਹਾਂਜੀ ਬਸ ਸਾਡੇ ਕੋਲ ਦੋ ਰੂਮ ਹੀ ਹੁੰਦੇ ਸੀ ਇੱਕ ਉੱਪਰ ਹੁੰਦਾ ਸੀ ਛੋਟਾ ਜਿਹਾ ਤੇ ਜਿਹੜੀ ਆ ਜਗ੍ਹਾ ਇੱਥੋਂ ਤੱਕ ਡੰਗਰਾਂ ਵਾਲਾ ਹੁੰਦਾ ਸੀ ਇੱਥੇ ਤੱਕ ਵਿਹੜਾ ਬਸ ਇੱਥੇ ਮੰਮੀ ਨੇ ਤੋਂ ਅੱਗੇ ਕੀ ਵਿਹੜਾ ਸੀਗਾ ਉਹਨਾਂ ਦਾ ਇੰਨਾ ਇੰਨਾ ਵਿਹੜਾ ਸੀ ਇੱਧਰ ਵੀ ਸਾਈਡ ਵਾਲਾ ਇੱਥੇ ਸਾਈਡ ਤੇ ਦਿਨੇ ਡੰਗਰ ਬੰਨੇ ਹੁੰਦੇ ਸੀ ਤੇ ਆ ਰੂਮ ਹੁੰਦਾ ਸੀ ਜਿਹੜਾ ਇਹਦੇ ਵਿੱਚ ਡੈਡੀ ਨੇ ਪੱਖਾ ਲਾਇਆ ਹੋਇਆ ਸੀ ਪੱਖੇ ਥੱਲੇ ਸਾਰੀਆਂ ਮੱਝਾਂ ਜਿੱਥੇ ਅਸੀਂ ਪੈਂਦੇ ਸੀ ਉੱਥੇ ਪਹਿਲਾਂ ਡੰਗਰ ਹੁੰਦੇ ਸੀ ਉਹ ਇੱਥੇ ਤੱਕ ਹੁੰਦਾ ਸੀ ਹੁਣ ਤਾਂ ਛੋਟਾ ਕਰਤਾ ਨਾ ਘਟਾ ਕੇ ਇੱਥੇ ਤੱਕ ਹੁੰਦਾ ਸੀ ਤੇ ਪਿੱਛੇ ਹੈਗੇ ਨੇ ਕੀਲੇ ਇਹ ਪੁਰਾਣੇ ਘਰ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਵੀ ਘਰ ਪੁਰਾਣੇ ਨੇ ਉਹਨਾਂ ਦੇ ਘਰ 'ਚ ਕੀਲੇ ਹੋਣਗੇ ਦੇਖੋ ਇੱਕ ਇਹ ਪਤਾ ਕੀ ਕਰਨਾ ਹਾਂਜੀ ਕਿਉਂਕਿ ਉਹਦੇ ਫਰਿੱਜਾਂ ਨਹੀਂ ਸੀ ਹੁੰਦੀਆਂ ਹਾਂਜੀ ਜਿੱਦਾਂ ਕਿ ਦਾਲ ਸਬਜ਼ੀ ਬਚ ਕੇ ਡੁੱਬ ਬਾਲਟੀ ਦੇ ਵਿੱਚ ਪਾਣੀ ਪਾ ਕੇ ਭਾਂਡਾ ਵਿੱਚ ਰੱਖ ਕੇ ਇੱਥੇ ਲਟਕਾਤਾ ਤੁਸੀਂ ਆਪਣਾ ਦੁੱਧ ਗਰਮ ਕੀਤਾ ਉਹਦੇ ਉੱਤੇ ਕੱਪੜਾ ਚੁੰਨੀ ਹਲਕੀ ਜੀ ਬੰਨ ਕੇ ਇੱਥੇ ਲਟਕਾਤਾ ਇਹ ਇਸ ਲਈ ਹੁੰਦੇ ਸੀ ਕੋਈ ਵੀ ਫਰੂਟ ਆ ਤਾਂ ਟੋਕਰੀਆਂ ਹੁੰਦੀਆਂ ਸੀ ਉਹਨਾਂ ਨੂੰ ਇਹਦੇ ਉੱਤੇ ਲਟਕਾ ਦਿੰਦੇ ਸੀ ਬੰਨ ਕੇ ਉਹ ਦੇਖੋ ਇੱਥੇ ਤੱਕ 4 ਕਿੱਲੇ ਨੇ ਤੇ ਇੱਧਰ ਵੀ ਸੀਗੇ ਦੋ ਇਹ ਦੋ ਕੱਟ ਤੇ ਇੱਧਰ ਸੀਗੇ ਇਹ ਸਿਰ ਚ ਵੱਜਦੇ ਸੀ ਜਦੋਂ ਇੱਧਰੋਂ ਇੱਕੋ ਦਮ ਨਿਕਲਦੇ ਸੀ ਆਖੋਂ ਕਾ ਨਿਕਲ ਜਾ ਤੋ ਪਹਿਲਾਂ ਕੱਟਦੇ ਤੇ ਕਈ ਵਾਰ ਵੱਜਿਆ ਤੇ ਦੇਖੋ ਇੱਧਰ ਵੀ ਪਹਿਲਾਂ ਮੂਰੇ ਡੋਰ ਹੁੰਦਾ ਸੀ ਤੇ ਤਿੰਨ ਰੋਸ਼ਨਦਾਨ ਹੁੰਦੇ ਸੀਗੇ ਇਹ ਬੰਦ ਕਰਤੇ ਸੀ ਫਿਰ ਐਂਟਰੈਂਸ ਇੱਧਰ ਬਣਾਦੀ ਸੀਗੀ ਅਸੀਂ ਤੇ ਹੁਣ ਜਿਹੜੀ ਮੈਂ ਇੰਟਰਸਟਿੰਗ ਗੱਲ ਕਰਨੀ ਸੀ ਉਹ ਦੇਖੋ ਵੀ ਸਾਡੇ ਉਰੇ ਟੈਂਕੀ ਆ ਤੇ ਇਹਦਾ ਪਾਣੀ ਚੜਦਾ ਵਾ ਸਮਰਸੀਬਲ ਨਾਲ ਤੇ ਹੁਣ ਤੁਸੀਂ ਇਹ ਦੱਸੋ ਵੀ ਅਸੀਂ ਸਮਰਸੀਬਲ ਕਿਵੇਂ ਕੀਤਾ ਉਰੇ ਕਿਉਂਕਿ ਸਾਡੀ ਗਲੀ ਕਿੰਨੀ ਛੋਟੀ ਆ ਤੇ ਸਾਡਾ ਦਰਵਾਜ਼ਾ ਦੇਖ ਲਓ
ਕਿਵੇਂ ਅੰਦਰ ਮਸ਼ੀਨ ਆਈ? ਅਸੀਂ ਮਸ਼ੀਨ ਬਾੜੀ ਸੀ ਅੰਦਰ, ਬਾੜੀ ਔਖੀ ਖੋਲ ਖੋਲ ਕੇ ਕਿੰਨੇ ਬੰਦੇ ਲੱਗੇ। ਅਗਲੇ ਘਰ ਚ ਚਾੜੀ, ਇਧਰ ਲਿਆਂਦੀ। ਪਹਿਲਾਂ ਤਾਂ ਦੋ ਤਿੰਨ ਦਿਨ ਲੱਗੇ ਰਹੇ ਹੱਥਾਂ ਨਾਲ, ਉਹ ਕਹਿੰਦੇ ਐਂ ਤਾਂ ਗੱਲ ਨੀ ਬਣਨੀ। ਫਿਰ ਮਸ਼ੀਨ ਵੜ ਕੇ ਉਹਦੇ ਅੰਦਰ ਸਮਰਸੀਬਲ ਨਾਲ, ਉਹਦੇ ਮਿੱਟੀ ਮਿੱਟੀ ਗੰਦ ਹੀ ਗੰਦ ਪੈ ਗਿਆ ਸੀਗਾ। ਉਰੇ ਵੀ ਪਹਿਲਾਂ ਡੰਗਰ ਹੁੰਦੇ ਸੀਗੇ, ਜਿੱਥੇ ਵਾਸ਼ਰੂਮ ਬਣਿਆ ਹੋਇਆ ਆ ਸਾਰੇ ਡੰਗਰ ਹੁੰਦੇ ਸੀ। ਆ ਸਾਰਾ ਡੰਗਰ ਵਾਲਾ ਹੁੰਦਾ ਸੀਗਾ ਪਹਿਲਾਂ, ਅੱਗੇ ਜਿਹੜਾ ਬਣਿਆ ਹੋਇਆ ਸਾਰਾ ਤੋੜੀ ਵਾਲਾ ਹੁੰਦਾ ਸੀ। ਨਹੀਂ, ਉਹ ਤੋਂ ਬਾਅਦ ਇਹ ਡੰਗਰ ਵਾਲਾ ਵੀ ਸੀ, ਜਦ ਆਪਾਂ ਬਾਅਦ ਚ ਮੋਡੀਫਾਈ ਕੀਤਾ ਸੀਗਾ। ਹਾਂ ਫਿਰ ਹਾਂ ਹੁਣ ਸੀ ਡੰਗਰ ਵਾਲਾ ਤਾਂ ਇੱਥੇ। ਤੇ ਪਹਿਲਾਂ ਇੱਥੇ ਤੱਕ ਤੋੜੀ ਵਾਲਾ ਹੀ ਹੁੰਦਾ ਸੀ, ਫਿਰ ਬਾਅਦ ਚ ਜਦੋਂ ਡੈਡੀ ਨੇ ਢਾ ਕੇ ਬਣਾਇਆ ਆ ਡੰਗਰਾਂ ਦਾ ਬਰਾਂਡਾ ਬਣਾ ਲਿਆ ਸੀ। ਤੇ ਉਹ ਤੋੜੀ ਵਾਲਾ ਦਰਵਾਜ਼ਾ ਦੇਖੋ ਮਾੜਾ ਜਿਹਾ। ਆ ਚਾਚਾ ਕਹਿੰਦਾ ਹੁੰਦਾ ਸੀ ਪੰਡ ਨਹੀਂ ਪੜਦੀ। ਅੱਛਾ, ਪੰਡ ਪੜਨੀ ਔਖੀ ਸੀਗੀ, ਨੀਵਾਂ ਹੋਣਾ ਪੈਂਦਾ। ਫਿਰ ਐਡਾ ਦਰਵਾਜ਼ਾ ਬਣਾਇਆ ਸੀ। ਆਹ ਦੇਖੋ ਸਾਡਾ ਤੂੜੀ ਵਾਲਾ ਕਮਰਾ ਸੀ, ਇਹਦੀ ਅਸੀਂ ਸੀਲਿੰਗ ਸੀ ਜਿਹੜੀ ਆਮ ਤੌਰ ਤੇ 12 ਫੁੱਟ 14 ਫੁੱਟ ਹੁੰਦੀ ਹੈ, ਪਤਾ ਨਹੀਂ ਕਿੰਨੇ ਫੁੱਟ ਰੱਖੀ ਸੀਗੀ। ਤੇਰੇ ਬਾਅਦ ਸਾਡਾ ਬਣ ਗਿਆ ਸੀ ਸਟੋਰ ਰੂਮ। ਤੇ ਜਦੋਂ ਬਣਾਇਆ ਸੀ ਮੈਂ ਡੂੰਗਾ ਵੀ ਸੀ ਨਾ, 3 ਫੁੱਟ ਡੂੰਗਾ ਵੀ ਪੱਟਿਆ ਸੀ। 4 ਫੁੱਟ ਡੂੰਗਾ ਪੱਟਿਆ ਸੀ ਕੋਈ ਤੂੜੀ ਔਰ ਕਰਨ ਲਈ। ਆਹ ਪਿਆ ਚਰਖਾ ਸਾਡਾ। ਆਹ ਪਿਆ ਮੇਰਾ ਚਰਖਾ। ਤੁਹਾਡਾ ਮੰਮੀ ਇਹ ਚਰਖਾ ਸੀ ਨਾ ਕਮਲ ਭੂਆ ਦੀ ਸੱਸ ਦਾ। ਅੱਛਾ ਜੀ, ਉਹਨਾਂ ਨੇ ਮੈਨੂੰ ਚਕਾਦਾ ਸੀ। ਉਸ ਤੋਂ ਕਰ ਲੈਣੇ ਉਹਨਾਂ ਵੀ ਚਰਖੇ ਦੇ। ਮੈਨੂੰ ਕੱਤਣਾ ਉਹਨਾਂ ਫੁੱਲ ਵਟਾ ਫੁੱਲ ਵਧੀਆ ਪੇਸ ਸਾਰੇ ਕੰਮ ਹੁੰਦੇ ਨੇ ਤੇਰੀ ਮਾਂ। ਹੂੰ, ਕੋਈ ਨਹੀਂ ਛੱਡਿਆ ਹੋਇਆ ਸਾਰੇ ਕੰਮ। ਇਹ ਤਾਂ ਮੰਮੀ ਦੀ ਸਿਫਤ ਹੈਗੀ, ਸਾਰੇ ਕੰਮ ਕਰ ਲੈਂਦੇ। ਹਾਂਜੀ, ਇਹ ਪੌੜੀਆਂ ਵੀ ਅਸੀਂ 2000 ਚ ਬਣਵਾਈਆਂ ਨੇ। ਇਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ, ਪੂਰਾ ਪੈਰ ਵੀ ਨਹੀਂ ਇਹਨਾਂ ਦੇ ਉੱਤੇ ਆਉਂਦਾ ਕਿਉਂਕਿ ਜਗ੍ਹਾ ਘੱਟ ਸੀਗੀ। ਪਹਿਲਾਂ ਸਾਡੇ ਲੱਕੜ ਦੀ ਪੌੜੀ ਹੁੰਦੀ ਸੀ, ਉਹਦੇ ਉੱਤੇ ਹੀ ਅਸੀਂ ਚੜ੍ਹਦੇ ਸੀ। ਅਸੀਂ ਇੱਕ ਖਾਸ ਗੱਲ ਮੈਂ ਬਿਗ ਬਾਜ਼ਾਰ ਜਾ ਕੇ ਦੇਖੀ ਸੀ ਵੀ ਸਾਰੇ ਲੋਕ ਗੋਹਾ ਵੀ ਕੋਠਿਆਂ ਦੇ ਉੱਪਰ ਪੱਟਦੇ ਸੀ। ਸਾਡੇ ਉਹ ਦੇਖੋ ਕੰਮ ਚਲਾਉ ਰੀਲਿੰਗ ਦੇਖੋ ਕਿੰਨੀ ਲਾਈ ਹੋਈ ਆ। ਤੇ ਹਾਂਜੀ, ਇਹ ਜਦੋਂ ਭੂਆ ਜੀ ਦੀ ਕੁੜੀ ਨੇ ਉਰੇ ਆਪਣੇ ਕੋਲ ਰਹਿਣ ਆਉਣਾ ਸੀ ਜੀਨੀ ਨੇ, ਹਾਂਜੀ, ਡੈਡੀ ਕਹਿੰਦੇ ਉਹ ਡਿੱਗ ਜੂਗੀ ਪੌੜੀਆਂ ਚੜ੍ਹਦੀ। ਅੱਛਾ ਜੀ, ਉਹਦੇ ਕਰਕੇ ਲਾਈ ਸੀ। ਠੀਕ ਹੈ ਠੀਕ ਹੈ। ਪਰ ਬੜਾ ਕੁੱਤਾ ਕੰਮ ਹੁੰਦਾ ਸੀ, ਮਨਰਾਜ ਇਹਦੇ ਉੱਤੇ ਚੜ੍ਹ ਕੇ ਇਹਦੇ ਵਿੱਚ ਹੀ ਸਿਰ ਕੱਢ ਲੈਂਦਾ ਹੁੰਦਾ ਸੀ। ਉਹ ਜਿਹੜੀਆਂ ਲਾਈ ਇਹ ਇਹ ਸਾਡੀਆਂ ਹੈਗੀਆਂ ਨੇ ਨਲਕੇ ਦੀਆਂ ਪਾਈਪਾਂ। ਫਿਰ ਅਸੀਂ ਕੀ ਕਰਨਾ, ਮੈਂ ਥੱਲੇ ਖੜਨਾ ਵੀ ਜੇ ਗਿਰਿਆ ਥੱਲੇ ਤਾਂ ਫੜ ਲਊਗਾ, ਮਨੀ ਨੇ ਚੋਰੀ ਚੋਰੀ ਉੱਤੇ ਜਾਣਾ ਉਹਨੂੰ ਪਿੱਛੋਂ ਜਾ ਕੇ ਫੜਨਾ। ਚਲੋ ਆਪਾਂ ਉੱਤੇ ਚੱਲਦੇ ਹਾਂ। ਹੁਣ ਮੈਂ ਇੱਕ ਹੋਰ ਚੀਜ਼ ਦਿਖਾਉਣਾ ਤੁਹਾਨੂੰ ਘਰ ਸਾਡੇ ਘਰ ਦੀ। ਆਹ ਦੇਖੋ, ਉਹ ਕੋਠਾ ਉੱਚਾ ਵਾ ਔਰ ਵਾਸ਼ਰੂਮ ਵਾਲਾ ਥੋੜ੍ਹਾ ਨੀਵਾਂ। ਇਹਦਾ ਸਾਈਜ਼ ਡਿਫਰੈਂਟ ਆ, ਇਹ ਤੋਂ ਥੋੜ੍ਹਾ ਜਿਹਾ ਨੀਵਾਂ, ਉਹ ਉੱਚਾ, ਉਹ ਤੋਂ ਥੋੜ੍ਹਾ ਜਿਹਾ ਨੀਵਾਂ, ਉਹ ਚਲ ਸੇਮ ਬਰਾਬਰ ਨੇ। ਅਤੇ ਹੁਣ ਆਪਾਂ ਘਰ ਦੇ ਖੁੰਜੇ ਗਿਣਦੇ ਹਾਂ, ਘਰ ਦੇ ਖੁੰਜੇ ਕਿੰਨੇ ਨੇ। ਇੱਕ ਉਹ ਰਿਹਾ, ਦੂਜਾ, ਤੀਜਾ, ਫਿਰ ਉਹ ਪਿੱਛੇ ਦੇਖੋਗੇ ਤੁਸੀਂ ਚੌਥਾ, ਪੰਜਵਾਂ, ਅਤੇ ਆਹ ਜਿੱਥੇ ਘਰ ਆ ਉਹ ਹੋ ਗਿਆ ਛੇਵਾਂ ਖੁੰਜਾ, ਆਹ ਹੋ ਗਿਆ ਸੱਤਵਾਂ ਖੁੰਜਾ, ਇੱਧਰ ਹੋ ਗਿਆ ਅੱਠਵਾਂ ਖੁੰਜਾ, ਆਹ ਹੋ ਗਏ 9, 10, ਆਹ ਹੋ ਗਿਆ 11ਵਾਂ ਖੁੰਜਾ, ਆਹ ਹੋ ਗਿਆ 12ਵਾਂ ਖੁੰਜਾ, ਅਤੇ ਆਹ ਹੋ ਗਿਆ 13ਵਾਂ ਖੁੰਜਾ। ਆਪਣੇ ਘਰ 'ਚ 13 ਖੁੰਜੇ ਨੇ ਜੀ, ਦੇਖ ਲਓ। ਆਮ ਘਰਾਂ 'ਚ 4 ਖੁੰਜੇ ਹੁੰਦੇ ਨੇ, 5, 6, ਇਹ ਘਰ 'ਚ 13 ਖੁੰਜੇ ਨੇ। ਪਤਾ ਕੀ ਹੈ, ਅੱਗੇ ਲੋਕ ਐਵੇਂ ਹੁੰਦੇ ਸੀ ਵੀ ਜਿੰਨੀ ਕੁ ਜਗ੍ਹਾ ਬਗਲ ਲਈ, ਬਸ ਬਗਲ ਹੀ ਦੇਖਦੇ ਨਹੀਂ ਸੀ ਵੀ ਚੌਰਸਾ ਕਿਵੇਂ ਆ ਕਿਵੇਂ ਨਹੀਂ, ਜਿੱਥੇ ਬੈਠ ਕੇ ਜਿੰਨੀ ਕੁ ਕੰਧ ਮਾਰ ਲਈ। ਬੜਾ ਘਰ ਦੀ ਸ਼ੇਪ ਆਨੀ ਬਣਾ। ਆਹ ਸਾਡੀ ਖਾਸੀਅਤ ਸੀ, ਸਾਡੀਆਂ ਇੱਥੇ 4-5 ਐਵੇਂ ਤਾਰਾਂ ਬੰਨੀਆਂ ਹੁੰਦੀਆਂ ਸੀ, ਉਹ ਪਾਈਪਾਂ ਲਾ ਕੇ ਪੱਕਾ ਜਗਾੜ ਕੀਤਾ ਹੋਇਆ ਸੀ। ਜਗਾੜ ਕੀਤਾ ਹੋਇਆ ਸੀ, ਅਸੀਂ ਕੱਪੜੇ ਕੋਠੇ ਦੇ ਉੱਪਰ ਹੀ ਸੁਕਾਉਂਦੇ ਸੀ ਕਿਉਂਕਿ ਨੀਚੇ ਜਗ੍ਹਾ ਨਹੀਂ ਸੀ। ਨੀਚੇ ਜਗ੍ਹਾ ਨਹੀਂ ਸੀ ਤੇ ਵੀ ਤੁਸੀਂ ਦੱਸ ਦਿੱਤੀ ਪੱਥੀਆਂ ਉੱਤੇ ਪੱਥਦੇ ਹੁੰਦੇ ਸੀ ਨਾ ਜੀ। ਹਾਂ, ਉਹ ਦੱਸੋ ਵੀ ਬਾਂਸ ਵਾਲੀ ਪੌੜੀ ਤੇ ਇੰਨਾ ਉੱਚਾ ਚੜ੍ਹਨਾ ਕਿੰਨਾ। ਬਾਂਸ ਵਾਲੀ ਪੌੜੀ ਦੇ ਉੱਪਰ ਚੜ੍ਹ ਕੇ ਸਿਰ ਤੇ ਟੋਕਰਾ ਰੱਖ ਕੇ ਤਸਲਿਆਂ ਨਾਲ ਚੱਕਦੇ ਹੁੰਦੇ ਸੀ ਜਦੋਂ ਪੱਥੀਆਂ ਲਾਉਣੀਆਂ ਉਦੋਂ ਟੋਕਰਿਆਂ ਨਾਲ। ਪਹਿਲਾਂ ਬੜਾ ਡਰ ਲੱਗਦਾ ਸੀ, ਫਿਰ ਉਵੇਂ ਰੁਟੀਨ ਬਣ ਗਈ ਸੀ, ਸਿੱਟੀ ਜਾਂਦੇ ਸੀ। ਬਾਂਸ ਵਾਲੀ ਪੌੜੀ ਤੋਂ ਮੈਂ ਛੋਟਾ ਹੁੰਦਾ ਗਿਰਿਆ ਸੀ, ਬਾਂਸ ਵਾਲੀ ਪੌੜੀ ਤੋਂ ਕਈ ਬੰਦੇ ਹੁਣ ਮੈਂ ਦੇਖਿਆ ਕਈਆਂ ਦੇ ਸੀ ਚੜ੍ਹੇ ਨਹੀਂ ਸਕਦੇ ਹੈਗੇ, ਇੰਨਾ ਡਰਦੇ ਆ। ਬਲਜਿੰਦਰ ਆਂਟੀ ਚੜ੍ਹ ਹੀ ਨਹੀਂ ਸਕਦੀ, ਜ਼ੋਰ ਲਾ ਲਓ, 4 ਪੌੜੀਆਂ ਵੀ ਨਹੀਂ ਚੜ੍ਹ ਸਕਦੀ। ਕਹਿੰਦੇ ਚੜ੍ਹ ਨਹੀਂ ਸਕਦੇ ਹੈਗੇ, ਮੋਟੂ ਵੀ ਨਹੀਂ ਚੜ੍ਹ ਸਕਦਾ ਆਪਣਾ। ਰਾਜਦੀਪ ਚੜ੍ਹ ਨਹੀਂ ਸਕਦਾ, ਚੜ੍ਹ ਨਹੀਂ ਸਕਦਾ ਤੂੰ? ਮੈਂ ਛੋਟਾ ਹੁੰਦਾ ਨਹੀਂ ਚੜ੍ਹਦਾ। ਅੱਛਾ, ਚੜ੍ਹਦੇ ਉੱਥੇ ਮੇਰੇ ਹੁੰਦੇ ਸੀ। ਮੈਂ ਕਿਤਾਬ ਚਾਰੀ ਪੁਰਾਣਾ ਘਰ ਦੇਖ ਕੇ ਸਰਪ੍ਰਾਈਜ਼ ਜੀ ਹੋ ਗਈ। ਪਰ ਸਾਡੇ ਲਈ ਇਹ ਬਹੁਤ ਲੱਕੀ ਆ। ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸੀ, ਬੜਾ ਜੀ ਲੱਗਦਾ ਸੀ ਉਰੇ। ਬਹੁਤ ਲੱਕੀ ਆ ਸਾਡੇ ਲਈ, ਸਾਡੇ ਸਾਰੇ ਕੰਮਕਾਜ ਇੱਥੇ ਹੀ ਹੋਏ ਨੇ। ਡੈਡੀ ਦੇ 5 ਬੱਚੇ ਸੀ, ਉਹਨਾਂ ਦਾ ਵੀ ਇੱਥੇ ਹੀ ਵਿਆਹ ਹੋਇਆ। ਬਹੁਤ ਵਧੀਆ ਘਰਾਂ 'ਚ ਨੇ ਸਾਰੇ, ਸਾਰੇ ਆਪਣੇ ਆਪਣੇ ਘਰ ਐਸ਼ ਕਰਦੇ ਨੇ। ਮੈਨੂੰ ਤਾਂ ਪਰ ਬਹੁਤ ਵਧੀਆ ਲੱਗਦਾ, ਪਰ ਹੁਣ ਮੈਨੂੰ ਦੇਖ ਕੇ ਤਕਲੀਫ ਹੁੰਦੀ ਆ ਵੀ ਮੇਰਾ ਇੰਨਾ ਵਧੀਆ ਘਰ ਕਿੰਨਾ ਗੰਦਾ ਹੋਇਆ। ਪਹਿਲਾਂ ਮੰਮੀ ਚਮਕਾ ਕੇ ਰੱਖ ਦਿੰਦੇ ਸੀ, ਮੈਨੂੰ ਸਫਾਈ ਰੱਖਣ ਦੀ ਬਹੁਤ ਜ਼ਿਆਦਾ ਆਦਤ ਆ।
ਤੇ ਹੁਣ ਥੋੜਾ ਗੰਦਾ ਹੋਇਆ ਹੋਇਆ ਘਰ ਬਹੁਤ ਬਹੁਤ ਜ਼ਿਆਦਾ ਗੰਦਾ ਹੋਇਆ ਮੇਰੇ ਲਈ ਥੋੜਾ ਮੰਮੀ ਲਈ ਬਹੁਤ ਜ਼ਿਆਦਾ ਰਾਜਦੀ ਤੂੰ ਕਿੰਨੀ ਦਿਨ ਬਾਅਦ ਘਰ ਆਇਆ ਹੁਣ ਕਿੰਨੇ ਦਿਨਾਂ ਬਾਅਦ ਬਹੁਤ ਦਿਨ ਬਾਅਦ ਆਇਆ ਹੈਗਾ ਨਾ 5-6 ਸਾਲ ਨਹੀਂ 5-6 ਸਾਲ 5-6 ਸਾਲਾਂ ਤੋਂ ਘਰ ਆਇਆ ਕੀ ਲੱਗਿਆ ਤੈਨੂੰ ਘਰ 'ਚ ਕੀ ਫਰਕ ਲੱਗਿਆ ਛੋਟਾ ਛੋਟਾ ਲੱਗਿਆ ਇਹ ਕਹਿੰਦਾ ਪਹਿਲਾਂ ਘਰ ਵੱਡਾ ਹੁੰਦਾ ਸੀ ਹੁਣ ਛੋਟਾ ਹੋ ਗਿਆ ਕੋਈ ਗੱਲ ਨਾ ਹੁਣ ਆ ਪੌੜੀਆਂ ਜਿਵੇਂ ਉੱਚੀਆਂ ਨਹੀਂ ਮੇਰਾ ਦਿਨ ਪਹਿਲਾਂ ਆਮ ਚੜ੍ਹੇ ਹੁੰਦੇ ਸੀ ਕਮੈਂਦੇ ਜਾਂ ਹੁਣ ਥੋੜਾ ਟਾਈਮ ਲੱਗਦਾ ਆਹੀ ਹੁਣ ਜਿਵੇਂ ਨੀਚੇ ਓਟਾ ਛੋਟਾ ਲੱਗਣ ਲੱਗ ਗਿਆ ਚੁੱਲ੍ਹਾ ਛੋਟਾ ਲੱਗਣ ਲੱਗ ਗਿਆ ਬੇੜਾ ਛੋਟਾ ਲੱਗਣ ਲੱਗ ਗਿਆ ਹਨਾ ਉਹੀ ਗੱਲ ਆ ਜਿਵੇਂ ਹੋ ਬਸ ਹੁਣ ਛੋਟੇ ਲੱਗਣ ਲੱਗ ਗਏ ਗਰਮੀ ਲੱਗਦੀ ਹੈ ਨਾ ਉਰੇ ਕਿਉਂਕਿ ਉੱਥੇ ਖੁੱਲੇ 'ਚ ਰਹਿਣ ਕਰਕੇ ਤੈਨੂੰ ਕਿਹੜਾ ਘਰ ਵਧੀਆ ਲੱਗਦਾ ਰਾਜਦੀਪ ਨਵਾਂ ਕਿ ਪੁਰਾਣਾ दुनिया जी बन जाती चढ़ता किमें अच्छा दूजी छोटी पौड़ी लागे लकड़ दी पौड़ी लागे चढ़ के बहदे होंगे ਉਹਦੇ ਉੱਤੇ ਵੀ ਚੜ੍ਹਦੇ ਹੁੰਦੇ ਸੀ ਅਸੀਂ ਹੁਣ ਉਹ ਤੇ ਥੋੜਾ ਡਰ ਲੱਗਦਾ ਉਹ ਕੰਧ ਦੇ ਉੱਤੇ ਤੁਰ ਕੇ ਪਤਲੀ ਤੇ ਚੜ੍ਹਨ ਉੱਤੇ ਅੱਗੇ ਮਿੰਟੋ ਮਿੰਟ ਚੜ੍ਹ ਜਾਂਦੇ ਸੀ ਮੈਂ ਤਾਂ ਉਹ ਟੈਂਕੀ ਵੀ ਬਹੁਤ ਵਾਰ ਸਾਫ਼ ਕੀਤੀ ਉਹਦੇ ਵਿੱਚ ਚਲੀ ਜਾਣਾ ਮੈਂ ਛਾਲ ਮਾਰ ਕੇ ਉੱਤੋਂ ਚ ਚੜ੍ਹ ਕੇ ਤੇ ਫਿਰ ਉਹ ਟੈਂਕੀ ਸਾਫ਼ ਕਰਦੇ ਹੁੰਦੇ ਸੀ ਉਰੇ ਸਾਡਾ ਘਰ ਪੂਰਾ ਵਿਚਾਲੇ ਸੀਗਾ ਜੰਮੀ ਪਿੰਡ ਦੇ ਵਿਚਾਲੇ ਆ ਤੇ ਇੱਥੇ ਸਾਨੂੰ ਕੋਈ ਮਤਲਬ ਕਿ ਹਵਾ ਦੀ ਬੜੀ ਸਮੱਸਿਆ ਸੀ ਵਿਹੜਾ ਸੀਗਾ ਨਹੀਂ ਧੁੱਪ ਦੀ ਹਵਾ ਦੀ ਉਹ ਚੀਜ਼ਾਂ ਦੀ ਸਮੱਸਿਆ ਸੀ ਨਵੇਂ ਘਰ 'ਚ ਹੁਣ ਥੋੜ੍ਹੀ ਸੋਲਵ ਹੋਈ ਆ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਇੱਥੇ ਅਸੀਂ ਸਾਈਡ 'ਤੇ ਕੂਲਰ ਲਾਇਆ ਹੁੰਦਾ ਸੀ ਥੱਲੇ ਹੀ ਰੱਖ ਕੇ ਫਰਸ਼ ਦੇ ਉੱਤੇ ਇੱਥੋਂ ਚੰਗੀ ਤਰ੍ਹਾਂ ਸਾਫ਼ ਕਰਕੇ ਥੱਲੇ ਪੱਲੀਆਂ ਸਿੱਟ ਕੇ ਉੱਤੇ ਗਦੈਲੇ ਸਿੱਟ ਕੇ ਅਸੀਂ ਇੱਥੇ ਸੌਂਦੇ ਹੁੰਦੇ ਸੀ ਪਰ ਜਦੋਂ ਮੀਂਹ ਆ ਜਾਣਾ ਉਦੋਂ ਫਿਰ ਬੜੀ ਸ਼ਾਮਤ ਆਉਂਦੀ ਹੁੰਦੀ ਸੀ ਭਾਜਣਾ ਪੈ ਜਾਂਦੀ ਸੀ ਭਾਜਣਾ ਪੈ ਜਾਂਦਾ ਬਾਂਸ ਦੀ ਪੌੜੀ ਬਾਂਸ ਦੀ ਪੌੜੀ ਉੱਤਰ ਨੂੰ ਮੀਂਹ ਜਾਣਾ ਥੱਲੇ ਉੱਤਰ ਕੇ ਸਾਰਿਆਂ ਨੇ ਟਿਕਣਾ ਜਦੀ ਮੀਂਹ ਹਟ ਜਾਣਾ ਜਦੋਂ ਮੀਂਹ ਹਟ ਜਾਣਾ ਲਾਈਟ ਭੱਜ ਜਾਣੀ ਫਿਰ ਗਰਮੀ 'ਚ ਪਏ ਰਹੋ ਬੜਾ ਔਖਾ ਹੁੰਦਾ ਸੀ ਬੜਾ ਔਖਾ ਹੁੰਦਾ ਸੀਗਾ ਕਈ ਉਦੋਂ ਔਖੀਆਂ ਲੱਗਦੀਆਂ ਨਹੀਂ ਸੀ ਉਹ ਚੀਜ਼ਾਂ ਹਨਾ ਪਰ ਉਦੋਂ ਵਧੀਆ ਲੱਗਦਾ ਸੀ ਉਦੋਂ ਵਧੀਆ ਲੱਗਦਾ ਸੀ ਜਿੱਥੇ ਬੰਦਾ ਰਹਿੰਦਾ ਉਹੀ ਚੀਜ਼ ਵਧੀਆ ਉਹੀ ਚੀਜ਼ ਉਹਨੂੰ ਵਧੀਆ ਲੱਗਦੀ ਹੈ ਤਾਂ ਜਿੰਨੀਆਂ ਆਹੀ ਬਹੁਤ ਵਧੀਆ ਲੱਗਦਾ ਸੀ ਉਦੋਂ ਲੱਗਦਾ ਸੀ ਵੀ ਸਾਡਾ ਘਰ ਬਹੁਤ ਵਧੀਆ ਉਹ ਐਂ ਲੱਗਦਾ ਸੀ ਸਾਡੇ ਤੋਂ ਵੱਡੀ ਕੋਠੀ ਸਾਡੀ ਤਾਂ ਆ ਬਹੁਤ ਵਧੀਆ ਘਰ ਆ ਗੰਦ ਨਹੀਂ ਪੈਂਦਾ ਕੁਛ ਨਹੀਂ ਜਦੋਂ ਕਿਸੇ ਨੇ ਆਉਣਾ ਜਿਵੇਂ ਬਾਹਰ ਲੈ ਜਾਂ ਕਿਸੇ ਹੋਰ ਨੇ ਆਉਣਾ ਦੋ ਸ਼ਹਿਰੋਂ ਕਿਸੇ ਦੋਸਤ ਮਿੱਤਰ ਨੇ ਆਉਣਾ ਜਦ ਕਹਿਣਾ ਵੀ ਘਰ ਥੋੜਾ ਥੋੜਾ ਟਾਈਟ ਆ ਛੋਟਾ ਜਾਂ ਆ ਲੱਗਣਾ ਵੀ ਆ ਇਹਨੂੰ ਪਤਾ ਨਹੀਂ ਕਿਉਂ ਲੱਗੀ ਜਾਂਦਾ ਸਾਡਾ ਘਰ ਤਾਂ ਇੰਨਾ ਸੋਹਣਾ ਇਹ ਵੀ ਮੈਂ ਬੜਾ ਡਰ ਗਿਆ ਬਹਿ ਕੇ ਉੱਤਰ ਰਿਹਾ ਦੇਖੋ ਪੌੜੀਆਂ ਦੇ ਸਾਈਜ਼ ਸ਼ਾਇਦ ਤੁਹਾਨੂੰ ਦਿਖ ਰਹੇ ਹੋਣ ਮੇਰੇ ਪੈਰ ਜਿੱਡਾ ਮਸਾ ਹੀ ਆ ਸਾਈਜ਼ ਤੇ ਘੈਂਟ ਗੱਲ ਆ ਦੇਖੋ ਇਹ ਆ ਸਭ ਤੋਂ ਛੋਟੀ ਆ ਇਹਨਾਂ ਦੀ ਹਾਈਟ ਦਾ ਵੀ ਫਰਕ ਆ ਵਿੜਥ ਦਾ ਵੀ ਫਰਕ ਆ ਹਰੇਕ ਚੀਜ਼ ਦਾ ਫਰਕ ਆ ਜਿਵੇਂ ਸਾਡੇ ਘਰ 'ਚ ਕਾਰਨਰ ਨੇ ਤੇ ਕੋਠਿਆਂ ਦੇ ਸਾਰਿਆਂ ਦੇ ਹਾਈਟ ਦਾ ਫਰਕ ਆ ਉਮੀ ਫਰਸ਼ ਦੇਖ ਲਓ ਪਿਛਲਾ ਫਰਸ਼ ਉੱਚਾ ਆਹ ਤੋਂ ਨੀਵਾਂ ਇਹਦਾ ਸਾਈਜ਼ ਡਿਫਰੈਂਟ ਇਹਦਾ ਡਿਫਰੈਂਟ ਇਹਦਾ ਡਿਫਰੈਂਟ ਇਹਦਾ ਡਿਫਰੈਂਟ ਉਹ ਉੱਚਾ ਉਹ ਨੀਵਾਂ ਗਾ ਉਹ ਗਾਹਾਂ ਫੇਰ ਜਾ ਕੇ ਨੀਵਾਂ ਗਿਆ ਉੱਥੇ ਉਹ ਸਾਡੇ ਘਰ ਦੇ ਵਿੱਚ ਉਤਰਾਵ ਚੜਾਅ ਬਹੁਤ ਨੇ ਜਿਵੇਂ ਬੰਦੇ ਵੀ ਲਾਈਫ 'ਚ ਹੁੰਦੇ ਨੇ ਪਰ ਇਹੀ ਜ਼ਿੰਦਗੀ ਦਾ ਨਾਮ ਆ ਕਿਉਂ ਵੀ ਸੀ ਤਾਂ ਇਹੀ ਤਾਂ ਹੋਣਾ ਕਿਉਂ ਵੀ ਮੁਸਕਾਨ ਹਾਂਜੀ ਕੈਮਰੇ 'ਤੇ ਆ ਕੇ ਥੋੜ੍ਹੀ ਸੰਗ ਜਾਂਦੀ ਹੈ ਮੁਸਕਾਨ ਨਾਮ ਵਧੀਆ ਰੱਖਿਆ ਇਹਦਾ ਹੱਸਦੀ ਰਹਿੰਦੀ ਹੈ ਮੁਸਕਾਨ ਬਾਹਰ ਗਲੀ 'ਚ ਹੋ ਗਈ ਹੁਣ ਮੰਮੀ ਦੀਆਂ ਜਿਹੜੇ ਪੁਰਾਣੇ ਸਾਡੇ ਗਲੀ ਵਾਲੇ ਨੇ ਸਾਰਿਆਂ ਦੀ ਬਾਹਰ ਹੁਣ ਗੱਲਬਾਤ ਚੱਲਦੀ ਹੈ ਜਿਹੜੀ ਬੀਬੀ ਵਾਲੀ ਹੁੰਦੀ ਆ ਪੂਰੀ ਜ਼ਿਆਦਾ ਹਨ ਮਗੀ ਹੋਈ ਹੈ ਗੱਲਬਾਤ ਅਤੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਵੀ ਟਾਈਮ ਕਿੰਨਾ ਹੋ ਰਿਹਾ ਕੀ ਹੋ ਰਿਹਾ ਬੈਠੇ ਉੱਥੇ ਪੂਰੀ ਰੌਣਕ ਲੱਗੀ ਹੋਈ ਆ ਅਤੇ ਮੈਂ ਕਿਹਾ ਬਾਕੀ ਰਹਿੰਦੀ ਇੱਜਾ ਤੁਹਾਨੂੰ ਮੈਂ ਦੱਸ ਦਿੰਦਾ ਘਰ ਦੇ ਵਿੱਚ ਦੀਆਂ ਅਤੇ ਅਸੀਂ ਇੱਥੇ ਕ੍ਰਿਕਟ ਖੇਡਦੇ ਹੁੰਦੇ ਸੀ ਪਹਿਲਾਂ ਅਸੀਂ ਉੱਧਰ ਨੂੰ ਖੇਡਦੇ ਹੁੰਦੇ ਸੀ ਫਿਰ ਸਾਡੀ ਬੈਟਿੰਗ ਇੱਥੇ ਹੁੰਦੀ ਸੀ ਉਹ ਕੰਧ 'ਤੇ ਇੱਥੇ ਬੈਟਸਮੈਨ ਹੁੰਦਾ ਸੀ ਉਹ ਕੰਧ 'ਤੇ 2 ਰਨ 1 ਰਨ ਚੌਕਾ ਪਿੱਛੇ ਲੱਗ ਕੇ ਗਈ ਅੱਜ ਹੁੰਦਾ ਸੀਗਾ ਅਤੇ ਉਹ ਤੁਹਾਨੂੰ ਦੇਖ ਰਿਹਾ ਹੁਣ ਇੱਕ ਕੁੰਡਾ ਉੱਤੇ ਇਹਦੇ ਉੱਤੇ ਅਸੀਂ ਪੀਂਘ ਪਾ ਕੇ ਬੜੀ ਝੂੰਟੀ ਆ ਛੋਟੇ ਹੁੰਦਿਆਂ ਨੇ ਪੀਂਘ ਪਾ ਕੇ ਫਿਰ ਉਹਨੇ ਸਮਰ ਦੇ ਵਿੱਚ ਝੂੰਟਦੇ ਹੁੰਦੇ ਸੀ ਅਤੇ ਆਹ ਦਰਵਾਜ਼ਾ ਖੋਲ੍ਹ ਕੇ ਗਰਮੀਆਂ 'ਚ ਲਾਈਟ ਭੱਜ ਜਾਂਦੀ ਸੀਗੀ ਅਤੇ ਖੋਲ੍ਹ ਕੇ ਫਿਰ ਅਸੀਂ ਉਰੇ ਬੈਠਣਾ ਗਿੱਲੀ ਪੱਗ ਕਰਕੇ ਉੱਤੇ ਲੈ ਕੇ ਪੈ ਜਾਂਦੇ ਹੁੰਦੇ ਸੀ ਸਾਰੇ ਗਲੀ ਵਾਲੇ ਉਦੋਂ ਪਹਿਲਾਂ ਹੁੰਦਾ ਸੀ ਵੀ ਸਾਰੇ ਗਲੀਆਂ 'ਚ ਬਹਿੰਦੇ ਹੁੰਦੇ ਸੀ ਇਨਵੇਟਰ ਵੀ ਨਹੀਂ ਹੁੰਦੇ ਸੀ ਕਿਸੇ ਕੋਲ ਤਾਂ ਇੰਨੀਆਂ ਵਧੀਆ ਗੱਲਾਂ ਹੁੰਦੀਆਂ ਸੀ ਉੱਥੇ ਅਤੇ ਉਹ ਜਿੱਥੇ ਸਿੰਕ ਲੱਗੇ ਹੁੰਦੇ ਉੱਥੇ ਹੁੰਦਾ ਸੀ ਸਾਡਾ ਨਲਕਾ ਉੱਥੋਂ ਨਲਕਾ ਗੇੜਨਾ ਇੱਧਰ ਹੁੰਦੀ ਸੀਗੀ ਕੁੰਡ ਉਹ ਭਰਨੀ ਅਤੇ ਜਾਂ ਉੱਥੋਂ ਡੰਗਰਾਂ ਨੂੰ ਪਾਣੀ ਪਿਲਾਉਣਾ ਬਹੁਤ ਕੰਮ ਹੁੰਦਾ ਸੀਗਾ ਪਰ ਹੁਣ ਬਾਹਰ ਘਟ ਗਿਆ ਚਲੋ ਜੀ ਬਾਏ ਬਾਏ ਫਿਰ ਪੁਰਾਣੇ ਘਰ ਫਿਰ ਮਿਲਾਂਗੇ ਜਲਦੀ ਜਲਦੀ ਬੰਦ ਕਰ ਦੇ ਰਾਜਦੀਪ ਆਹ ਤਾਂ ਲੱਗਦਾ ਨਹੀਂ ਹੈਗਾ ਮੇਲਾ ਦਿਖਾਵੇ ਲਈ ਲਾਇਆ ਹੋਇਆ ਕੋਈ ਇਹ ਬੰਦਾ ਲਾ ਸਕਦਾ ਇਹਨੂੰ ਨਾ ਰਾਜਦੀਪ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਕਰੇ ਹਾਲੇ ਵੀਡੀਓ ਮੁੱਕੀ ਨਹੀਂ ਹੈਗੀ ਐਂਡ ਤੇ ਮੁੱਕਣੀ ਚਲ ਫਿਰ ਵੀ ਤੂੰ ਕਹਿ ਦੇ ਹੁਣੇ ਦੁਬਾਰਾ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਘੰਟਾ ਵੀ ਦਬਾ ਦਿਓ ਬੈਲ ਲਾਈਕਨ ਓ ਸ਼ਾਬਾਸ਼ ਕਿਊਟੀ ਪਾਈ ਅਸੀਂ ਅੱਜ ਜੀ ਪੁਰਾਣੇ ਘਰ ਜਾ ਕੇ ਆਏ ਆ ਮੈਕ ਨੂੰ ਦਿਖਾ ਕੇ ਲੈ ਕੇ ਆਏ ਆ
क्योंकि सानू सारे कहते अपना पुराना घर दिखाओ पुराना घर दिखाओ। असी पुराने घर गए साडा पुराना घर लोग कह देंगे भी तुम फुकरी मार दो कोठी की। वैसे कोठी साड़ी ये भी नहीं हैगी, असी बिल्कुल सिंपल घर बनाया हुआ खुला हवा हारे बनाया। तो उत्थे सानू बहुत ज़्यादा प्रॉब्लम्स आउंदियां सीगियां, जिवें साडे रिश्तेदार गड्डी लैके आए तो किसी के घर गड्डी खड़ाउणी हुंदी सी, पहला सानू आंढ गुआंढ नूं पुछना पैंदा सी, ते फिर सानू पाउण दी मुसीबत हुंदी सी सब तो वड्डी वी असी इहनां नूं पाईए कित्थे। इस करके उत्थे गर्मी भी बहुत ज़्यादा लगती सी, साडे रिश्तेदार भी आउण तों बहुत कतराउंदे सी। आ साडे भूआ जी आए उहने साडे कोल रात नहीं सी रहिंदे, हुण साडे भूआ जी घट्टो घट्ट साडे कोल 15 दिन ला के जाणगे। आरामदारी आ, वाशरूम अटैच नाल आ, जदों मर्जी उठ के आउण जाण नहीं। फिर उत्थे इहनां नूं झंझट रहिंदा सी, उच्चा नीवां घर सी। एक बार डिग भी पे सी रात नूं, असी भज के जाके चके, रब दा शुक्र आ कि इह बच गए, इहनां दे कोई सट नहीं लगी हैगी। बाकी गली च जाके बहुत खुशी हुई, सारिया फ्रेंड्स मिलियां, सारियां ने महक ते रवि दे विआह दीआं बधाईआं दित्तीआं। हांजी सानू उधरले घर काफ़ी टाइम लग गया, हनेरा हो गया, वीडियो भी नहीं चंगी तरह बन पाई, कुछ उत्थे सानू मिलन वाले आ गए आंढी गुआंढी, ते हुण असीं वापस आए हाँ। जे तुसीं चाहुंदे हो तां असीं इस घर का टूर बनाईए, असीं तुहाडे कहण ते इस घर का भी टूर बनावांगे, तुहानूं साडा घर दिखावांगे। कोई साडा घर फैंसी नहीं हैगा, बिल्कुल सिंपल घर आ जट्टां वाला। तो बाकी जे तुसीं देखना चाहुंदे आ तां सानूं कमेंट सैक्शन में दस्सिओ, असीं जरूर वीडियो पावांगे। तद तक लई सारिआं नूं बाय। लो जी असी घर आते, सानू एकदम वीडियो मुकण ते याद आया भी भूआ जी तो इत्थे ने, भूआ जी तो घर बारे सब तो वध जानदे होणे आ। भूआ जी तुहाडा जन्म उसे घर च होया सी अपने चोर से घर च होया बट। अच्छा जी, किवें हुंदा सी उदों? उत्थे पहला भैणा सी गिया, फिर मेरा जन्म होया। हां जी, फिर भाई दा। अच्छा, डैडी तो बाद च होए, फिर सरजीत चाचा जी, फिर भजन चाचा जी। हां अच्छा, ते फिर किवें हुंदा सी उत्थे माहौल अपने गलियां गुणे किवें हुंदे सी? कणे थी डंगर नाल दे अंदर लोकां दे मारो मार सामणां दे डंगर सी गे। हां जी, अपना घर तो बार बार होना क्योंकि इन्हें घर तो होने नहीं यादा होनी बहुत पुरानी बचपन भूआ का ठेकेदार पक्का ही घर सी पक्का घर हुंदा सी। अच्छा, लिपते हुंदे सी फिर? ओदड़े करया सी होर बनेरे लिपने कंदा लिपनी। अच्छा जी, डंगर डुंगर सारे बिच्चे हुंदे सी? बिच्चे इत्थे आउंदे ते डंगर, फिर बाहर लगा छत्ते आ ते इत्थे डंगर रख ले ते। अच्छा जी।